ਇਹ ਕੰਪਲੀਟ ਨਹੀਂ। ਜੇ ਪੁੱਛਣਾ ਹੀ ਜਾ ਕੇ ਮੋਦੀ ਦੇ ਨਗਰ ਪੁੱਛ, ਇੱਕ ਗੁਰੂ ਦਾ ਸਿੱਖ ਰੂਹ ਨਾਲ ਲਪੇੜ ਕੇ ਸਾੜਿਆ ਗਿਆ। ਆ ਚਾਰ ਪੰਜ ਆਪਣੇ ਕਿਸਾਨ ਮਰੇ ਨੇ ਨਾ, ਤੇ ਮੈਨੂੰ ਕਹਿੰਦੇ ਗਿਆਨੀ ਜੀ ਬੜਾ ਮਾੜਾ ਹੋਇਆ। ਮੈਂ ਕਿਹਾ ਹੈ ਤਾਂ ਮਾੜਾ ਪਰ ਦਿੱਲੀ ਆਪਣੀ ਆਤ ਨਹੀਂ ਛੱਡਦੀ। ਇਹਨਾਂ ਦਾ ਸੁਭਾਅ ਹੈ ਸਿੱਖਾਂ ਨੂੰ ਸਾੜਨਾ ਤੇ ਮਾਰਨਾ, ਭਾਵੇਂ 75 ਹੋਵੇ 1675। ਉਦੋਂ ਸਤੀਦਾਸ ਨੂੰ ਸਾੜਿਆ ਰੂਹ ਚ ਲਪੇੜ ਕੇ, 84 ਦਾ ਮੌਕਾ ਹੈ ਤੇ ਰੂਹ ਨਾ ਮਿਲੀ, ਇਹਨਾਂ ਟਾਇਰਾਂ ਨਾਲ ਸਾੜਿਆ ਬੰਨ ਕੇ। ਅੱਜ ਟਾਇਰ ਖੁੱਲੇ ਨਹੀਂ ਸਨ, ਅਗਰ ਖੁੱਲੇ ਹੁੰਦੇ ਤੇ ਸ਼ਾਇਦ ਟਾਇਰਾਂ ਨੂੰ ਅੱਗ ਲਾ ਕੇ ਸਾਨੂੰ ਪਾ ਕੇ ਸਾੜਦੇ। ਟਾਇਰ ਗੱਡੀ ਚ ਫਿੱਟ ਸਨ, ਉਹਨਾਂ ਗੱਡੀ ਥੱਲੇ ਸਾਨੂੰ ਦੜ ਦਿੱਤਾ। ਇਹ ਦਿੱਲੀ ਦਾ ਪੁਰਾਣਾ ਸੁਭਾਅ ਹੈ, ਇਹ ਨਵੀਂ ਗੱਲ ਨਹੀਂ। ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਸਤੀਦਾਸ ਰੂਹ ਚ ਲਪੇਟਿਆ ਗਿਆ, ਹੱਡੀਆਂ ਸੜ ਗਈਆਂ, ਮਾਸ ਸੜ ਗਿਆ, ਲੇਕਿਨ ਵਾਹਿਗੁਰੂ ਦਾ ਸ਼ਬਦ ਅਜੇ ਵੀ ਗੂੰਜਦਾ। ਉਹ ਨਕਲੀ ਮੰਤਰ ਲੈਣ ਵਾਲਿਓ, ਜਿਹੜਾ ਤੁਸੀਂ ਮੰਤਰ ਲੈ ਕੇ ਆਇਓ ਨਾ, ਇਹਦੇ ਨਾਲ ਆਰਿਆਂ ਦੇ ਥੱਲੇ ਨਹੀਂ ਜੇ ਬੈਠਿਆ ਜਾਂਦਾ। ਜਿਹੜਾ ਮੰਤਰ ਤੁਸੀਂ ਬਾਬੇ ਦੇ ਡੇਰੇ ਤੋਂ ਲੈ ਕੇ ਆਇਓ ਨਾ, ਇਹਦੇ ਨਾਲ ਜੈਗ ਵਿੱਚ ਉੱਬਲਿਆ ਨਹੀਂ ਜਾਣਾ। ਉੱਬਲਣ ਵਾਸਤੇ ਕੀ ਚਾਹੀਦਾ? ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਣਾ ਕਹਿ ਮਨ ਬਸਰਾਮ।